ਇਹ ਸਰਕਾਰ ਦੇ ਵੇਲੇ ਨੋਟਬੰਦੀ ਹੋਈ ਜਿਹਨੇ ਹਿੰਦੁਸਤਾਨ ਦੀ ਆਰਥਿਕਤਾ ਨੂੰ ਤਬਾਹ ਕਰਤਾ, ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਤਾ। ਉਸ ਤੋਂ ਬਾਅਦ ਇਸ ਢੰਗ ਦੇ ਨਾਲ GST ਲਾ ਕੇ ਇਹ ਸਾਰੀ ਆਰਥਿਕਤਾ ਨੂੰ ਬਰਬਾਦ ਕੀਤਾ। ਸੋ ਮੋਦੀ ਸਰਕਾਰ ਦਾ ਜਿਹੜਾ ਸਮਾਂ ਉਹ ਜਾਣਿਆ ਜਾਊ ਇਸ ਗੱਲ ਦੇ ਲਈ ਕਿ ਉਹ ਆਰਥਿਕਤਾ ਨੂੰ ਤਬਾਹ ਕਰਨ ਵਾਲੇ, ਦੇਸ਼ ਨੂੰ ਤਬਾਹ ਕਰਨ ਵਾਲੇ, ਦੇਸ਼ ਦੇ ਸਮਾਜ ਢਾਂਚੇ ਨੂੰ ਬਰਬਾਦ ਕਰਨ ਵਾਲੇ ਨੇ। ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਕਹਾਉਂਦੇ ਆ, ਅਸਲ ਵਿੱਚ ਇਹ ਬਾਦਲ ਦਲ ਹੈ। ਇਸ ਨੇ ਪੰਜਾਬ ਦੇ ਹਿੱਤਾਂ ਨਾਲ ਹਮੇਸ਼ਾ ਗਦਾਰੀ ਕੀਤੀ ਹੈ ਅਤੇ ਮੋਦੀ ਨੇ ਹਮੇਸ਼ਾ ਪੰਜਾਬ ਨੂੰ ਨਫ਼ਰਤ ਕੀਤੀ ਹੈ। ਪੰਜਾਬ ਦੇ ਵਿੱਚ ਕਿਸੇ ਵਿਸ਼ੇ 'ਤੇ ਵੀ ਪੰਜਾਬ ਨਾਲ ਨਿਆਂ ਨਹੀਂ ਕੀਤਾ ਗਿਆ। ਪੰਜਾਬ ਨੂੰ ਜਿਹੜਾ ਹੈ ਤਬਾਹ ਕਰਨ ਦੇ ਵਿੱਚ ਮੋਦੀ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਇਨਸਾਫ਼ ਉਹਨਾਂ ਨੇ ਕੀ ਕਰਨਾ ਸੀ, ਉਹ ਆਪਦੇ ਹਲਕਿਆਂ 'ਤੇ ਪੈਸੇ ਲਾਉਂਦੇ ਰਹੇ ਅਤੇ ਪੰਜਾਬ ਦੇ ਨਾਲ ਮਤਰੇਈ ਮਾਂ ਤੋਂ ਵੀ ਭੈੜਾ ਸਲੂਕ ਕੀਤਾ। ਲੋਕ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਭਾਵੇਂ ਹੁਣ ਤੱਕ ਉਮੀਦਵਾਰ ਆਪਣੇ ਨਹੀਂ ਖੜ੍ਹੇ ਕੀਤੇ, ਪਰ ਟਕਸਾਲੀ ਅਕਾਲੀ ਦਲ ਵੱਲੋਂ ਹਲਕਾ ਸੰਗਰੂਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਰਾਜਦੇਵ ਸਿੰਘ ਖਾਲਸਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਸਿਆਸੀ ਅਤੇ ਸਮਾਜਿਕ ਜੀਵਨ ਬਾਰੇ। ਖਾਲਸਾ ਜੀ, ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਲਾਣਿਆ ਹੈ, ਸ਼ੁਭਕਾਮਨਾਵਾਂ। ਆਪਣੇ ਸਿਆਸੀ ਅਤੇ ਸਮਾਜਿਕ ਜੀਵਨ ਬਾਰੇ ਚਾਨਣਾ ਪਾਓ। ਮੈਂ 1968-69 ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਪੰਜਾਬ ਦਾ ਪ੍ਰਧਾਨ ਬਣਿਆ ਪੰਜਾਬ ਦਾ, ਅਤੇ ਸੰਤ ਫਤਿਹ ਸਿੰਘ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ। ਇਸ ਤੋਂ ਪਹਿਲਾਂ ਮੈਂ ਜਦੋਂ ਹਾਈ ਸਕੂਲ ਦੇ ਵਿੱਚ ਪੜ੍ਹਦਾ ਸੀ ਤਾਂ ਮੈਂ 55 ਦਲ ਦਾ ਪ੍ਰਧਾਨ ਬਣਿਆ, ਅਤੇ ਉਸ ਸਮੇਂ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ। ਉਸ ਤੋਂ ਬਾਅਦ ਲਗਾਤਾਰ ਮੈਂ ਜਿਹੜਾ ਸਿਆਸਤ ਨਾਲ ਜੁੜਿਆ ਰਿਹਾ ਅਤੇ ਬਚਪਨ ਤੋਂ ਹੀ ਮੈਂ ਸਿਆਸਤ ਦੇ ਨਾਲ ਜੁੜਿਆ ਰਿਹਾ। ਰਾਜਨੀਤੀ ਦੇ ਵਿੱਚ ਪ੍ਰਵੇਸ਼ ਜੇ ਮੈਂ ਸਮਝਾਂ ਤਾਂ ਮੈਂ 5ਵੀਂ ਜਮਾਤ ਤੋਂ ਹੀ ਕਰ ਲਿਆ ਸੀ ਅਤੇ 5ਵੀਂ ਜਮਾਤ ਤੋਂ ਲੈ ਕੇ ਹੁਣ ਤੱਕ ਉਸੇ ਤਰ੍ਹਾਂ ਸਰਗਰਮ ਰਾਜਨੀਤੀ ਦੇ ਵਿੱਚ ਰਿਹਾ। ਉਸ ਤੋਂ ਬਾਅਦ ਜਦੋਂ ਓਪਰੇਸ਼ਨ ਬਲੂ ਸਟਾਰ ਹੋਇਆ, ਉਸ ਤੋਂ ਪਹਿਲਾਂ ਵੀ ਅਤੇ ਜਿਹੜਾ ਰਵਾਇਤੀ ਅਕਾਲੀ ਦਲ ਸੀ ਉਹਦੇ ਨਾਲ ਮੇਰੇ ਸਖ਼ਤ ਸਿਧਾਂਤਕ ਮਤਭੇਦ ਸੀ, ਅਤੇ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸੰਯੁਕਤ ਅਕਾਲੀ ਦਲ ਬਣਿਆ 20 ਮਈ 1985 ਨੂੰ। ਉਸ ਯੂਨਾਈਟਿਡ ਅਕਾਲੀ ਦਲ ਦੀ ਪਹਿਲੀ ਵਰਕਿੰਗ ਕਮੇਟੀ ਦਾ ਮੈਂ ਮੈਂਬਰ ਬਣਿਆ, ਅਤੇ ਫਿਰ ਉਸ ਤੋਂ ਬਾਅਦ ਮੈਂ 1999 ਦੇ ਵਿੱਚ 9ਵੀਂ ਲੋਕ ਸਭਾ ਦਾ ਮੈਂਬਰ ਬਣਿਆ। ਯੂਨਾਈਟਿਡ ਅਕਾਲੀ ਦਲ ਦੀ ਟਿਕਟ 'ਤੇ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਮੈਂ ਚੋਣ ਜਿੱਤੀ, ਅਤੇ ਲਗਾਤਾਰ ਹਮੇਸ਼ਾ ਹਰੇਕ ਸਮਾਜਿਕ, ਰਾਜਨੀਤਿਕ ਅਤੇ ਜਿਹੜੇ ਹੋਰ ਇਹ ਜੇ ਸੰਬੰਧਿਤ ਵਿਸ਼ੇ ਨੇ ਉਹਨਾਂ ਨਾਲ, ਸੰਸਥਾਵਾਂ ਦੇ ਨਾਲ ਮੈਂ ਜੁੜਿਆ ਰਿਹਾ। ਸਿਆਸੀ ਜੀਵਨ ਵਿੱਚ ਤੁਹਾਡੇ ਕੀ ਦਰਸ਼ਨ ਜੀ? ਸਿਆਸੀ ਜੀਵਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਆਦਰਸ਼ ਇਹ ਸੀ ਕਿ ਮਨੁੱਖਤਾ ਦੀ ਭਲਾਈ ਹੋਵੇ, ਅਤੇ ਸਭ ਤੋਂ ਵੱਡੀ ਗੱਲ ਕਿ ਕਲਜੀ ਧਰ ਪਾਤਸ਼ਾਹ ਨੇ ਜਿਸ ਕੌਮ ਨੂੰ ਜਨਮ ਦਿੱਤਾ, ਜਿਸ ਕੌਮ ਦੀ ਸਥਾਪਨਾ ਕੀਤੀ, ਖਾਲਸਾ ਪੰਥ ਦੀ ਸਥਾਪਨਾ ਕੀਤੀ, ਉਸ ਪੰਥ ਦੇ ਨਾਲ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜੁੜਿਆ ਰਿਹਾ, ਅਤੇ ਹਮੇਸ਼ਾ ਇਹ ਜਿਹੜੀ ਮੇਰੀ ਜਿਹੜੀ ਕੋਸ਼ਿਸ਼ ਰਹੀ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਹੋਵੇ, ਸਿੱਖ ਪੰਥ ਦੇ ਸਿਧਾਂਤਾਂ ਦੀ ਚੜ੍ਹਦੀ ਕਲਾ ਹੋਵੇ, ਅਤੇ ਕਲਜੀ ਧਰ ਪਾਤਸ਼ਾਹ ਵੱਲੋਂ ਦਿੱਤੇ ਗਏ ਉਦੇਸ਼ਾਂ ਅਤੇ ਅਸੂਲਾਂ 'ਤੇ ਚੱਲਿਆ ਜਾਵੇ, ਅਤੇ ਨਸ਼ਿਆਂ ਦੇ ਖਿਲਾਫ ਲੜਿਆ ਜਾਵੇ। ਉਹ ਨਸ਼ੇ ਭਾਵੇਂ ਕਿਸੇ ਕਿਸਮ ਦੇ ਹੋਣ, ਉਹਨਾਂ ਦੇ ਵਿਰੁੱਧ ਅਸੀਂ ਹਰ ਥਾਂ 'ਤੇ ਲੜਾਈ ਲੜੀ ਹੈ ਅਤੇ ਲੜ ਰਹੇ ਹਾਂ, ਅਤੇ ਇਹ ਆਦਰਸ਼ ਜਿਹੜੇ, ਉਸ ਤੋਂ ਇਲਾਵਾ ਜਿਹੜੀਆਂ ਸਮੱਸਿਆਵਾਂ ਨੇ, ਕਿਸਾਨੀ ਦੀਆਂ ਸਮੱਸਿਆਵਾਂ ਹੋਣ, ਇਹ ਮਜ਼ਦੂਰ ਜਿਹੜੀਆਂ ਹਨ ਵਰਜ ਦੀਆਂ ਸਮੱਸਿਆਵਾਂ ਹੋਣ, ਵਿਦਿਆਰਥੀ ਵਰਜ ਦੀਆਂ ਸਮੱਸਿਆਵਾਂ ਹੋਣ, ਮੁਲਾਜ਼ਮ ਵਰਜ ਦੀਆਂ ਸਮੱਸਿਆਵਾਂ ਹੋਣ, ਵਪਾਰੀ ਵਰਜ ਦੀਆਂ ਸਮੱਸਿਆਵਾਂ ਹੋਣ, ਅਤੇ ਇਹ ਸਾਰੀਆਂ ਸਮੱਸਿਆਵਾਂ ਤੋਂ ਇਲਾਵਾ ਕਿਸੇ ਹੋਰ ਵਰਜ ਦੀਆਂ ਸਮੱਸਿਆਵਾਂ ਹੋਣ, ਉਹਨਾਂ ਸਮੱਸਿਆਵਾਂ ਬਾਰੇ ਸੰਘਰਸ਼ ਕੀਤਾ ਜਾਵੇ, ਆਪਦੇ ਵਿਚਾਰ ਦਿੱਤੇ ਜਾਣ, ਅਤੇ ਉਹਨਾਂ ਵਿੱਚ ਜਾਗਰੂਕ ਲਿਆ ਕੇ ਉਹਨਾਂ ਨੂੰ ਚੜ੍ਹਦੀ ਕਲਾ ਵੱਲ ਲਿਜਾਇਆ ਜਾਵੇ। ਤੁਹਾਡੇ ਹਲਕੇ ਦੀਆਂ ਮੁੱਖ ਸਮੱਸਿਆਵਾਂ ਕੀ ਹਨ, ਕੀ ਤੁਸੀਂ ਉਹਨਾਂ ਨੂੰ ਹੱਲ ਕਰਵਾਉਣਾ ਚਾਹੋਗੇ? ਦੇਖੋ, ਹੱਲ ਤਾਂ ਕਿਉਂ ਨਹੀਂ ਕਰਾਉਣਾ ਚਾਹਵਾਂਗੇ, ਜਦੋਂ ਕੋਈ MP ਬਣਨਾ ਚਾਹੁੰਦਾ ਅਤੇ MP ਦੀ ਚੋਣ ਲੜ ਰਿਹਾ ਅਤੇ ਉਹ ਜੇ ਹੱਲ ਨਹੀਂ ਕਰਾਉਣਾ ਚਾਹੁੰਦਾ, ਫਿਰ ਤਾਂ ਉਹਨੂੰ ਲੜਨੀ ਹੋਣੀ ਚਾਹੀਦੀ। ਹੱਲ ਤਾਂ ਹਰ ਹਾਲਤ ਵਿੱਚ ਕਰਾਉਣੀ ਚਾਹੀਦੀ ਹੈ। ਦੇਖੋ, ਮੁੱਖ ਸਮੱਸਿਆਵਾਂ ਜਿਹੜੀ ਹੈ ਇੱਥੇ ਹੈ, ਇੱਕ ਸਫਾਈ ਦੀ ਬਹੁਤ ਵੱਡੀ ਸਮੱਸਿਆ ਹੈ, ਜੇ ਆਪਾਂ ਪਹਿਲੇ ਨੰਬਰ 'ਤੇ ਲਈਏ। ਫਿਰ ਸਾਰੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਜਿਹੜੀਆਂ ਵਿਚਲੀਆਂ ਸੜਕਾਂ ਨੇ ਉਹ ਟੁੱਟੀਆਂ ਹੋਈਆਂ ਨੇ, ਅਤੇ ਸੜਕਾਂ ਦੀ ਬਹੁਤ ਵੱਡੀ ਦੁਰਦਸ਼ਾ ਹੈ। ਫਿਰ ਤੀਸਰੇ ਥਾਂ 'ਤੇ ਆਪਾਂ ਲਈਏ ਕਿ ਬੱਸ ਅੱਡਿਆਂ ਦੀ ਬਹੁਤ ਬੁਰੀ ਹਾਲਤ ਹੈ। ਚੌਥੇ ਥਾਂ 'ਤੇ ਲਈਏ ਕਿ ਟ੍ਰੈਫਿਕ ਦੀ ਜਿਹੜੀ ਹੈ ਉਹ ਬੜੀ ਵੱਡੀ ਸਮੱਸਿਆ ਹੈ, ਉੱਥੇ ਵੀ ਨਾ ਇਲੀ ਦਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
ਜੇ ਅਜਲੇ ਥਾਂ ਤੇ ਲਈਏ ਕਿ ਹਰੇਕ ਥਾਂ ਤੇ ਜਿਹੜਾ ਹੈ ਉਹ ਅਡਲਟਰੇਸ਼ਨ ਦਾ ਮਿਲਾਵਟ ਦਾ ਮਿਲਾਵਟ ਖੋਰੀ ਜਿਹੜਾ ਹੈ ਬੜਾ ਵੱਡਾ ਵਿਸ਼ਾ ਬਣਿਆ ਹੋਇਆ, ਇੱਥੋਂ ਤੱਕ ਕਿ ਦੁੱਧ ਅਤੇ ਹੋਰ ਥਾਵਾਂ 'ਤੇ ਉਹਨਾਂ ਦੇ ਵਿੱਚ ਵੀ ਅਡਲਟਰੇਸ਼ਨ ਕੀਤੀ ਜਾਂਦੀ ਹੈ। ਅਤੇ ਜੇ ਅਜਲਾ ਵਿਸ਼ਾ ਲਈਏ ਨਸ਼ੇ ਦਾ ਬੜਾ ਵੱਡਾ ਵਿਸ਼ਾ ਹੈ, ਸਰਕਾਰ ਨੇ ਥਾਂ ਥਾਂ 'ਤੇ ਠੇਕੇ ਖੋਲ੍ਹ ਕੇ ਲੋਕਾਂ ਦੀ ਸਮਾਜ ਜ਼ਿੰਦਗੀ ਦਾ ਨਾਸ ਕਰਤਾ। ਉਹਨਾਂ ਨੇ ਇਸ ਸ਼ਰਾਬ ਦੇ ਨਾਤੇ ਦੇ ਨਾਲ ਇੱਕ ਆਦਮੀ ਨੂੰ ਕੁੱਤੇ ਤੋਂ ਵੀ ਭੈੜੀ ਜ਼ਿੰਦਗੀ ਬਤੀਤ ਕਰਨੀ ਪੈ ਰਹੀ ਹੈ। ਇਸ ਤੋਂ ਇਲਾਵਾ ਅਤਿਆਚਾਰ ਵੀ ਜਿਹੜਾ ਹੈ ਉਹ ਬਹੁਤ ਵੱਡੀ ਸਮੱਸਿਆ ਹੈ। ਵਿਦਿਆਰਥੀਆਂ ਦੇ ਵਿੱਚੋਂ ਜਿਹੜੇ ਸ਼ਡਿਊਲ ਕਾਸਟ ਵਿਦਿਆਰਥੀ ਨੇ ਉਹਨਾਂ ਦੀ ਫੀਸ ਕਈ ਸਕੀਮਾਂ ਅਧੀਨ ਮਾਫ ਕੀਤੀ ਗਈ ਹੈ। ਸਾਰੇ ਕਾਲਜ ਉਹ ਫੀਸ ਭਰਾ ਰਹੇ ਨੇ ਅਤੇ ਫੀਸ ਜਦੋਂ ਭਰੇ ਦਿੱਤੀ ਫਿਰ ਵਾਪਸੀ ਦਾ ਲਾਰਾ ਲਾਇਆ ਜਾ ਰਿਹਾ। ਇੱਕ ਵਾਰੀ ਫੀਸ ਭਰਨ ਦੇ ਕੋਈ ਕਾਬਲ ਨਹੀਂ ਹੁੰਦਾ, ਵਾਪਸੀ ਕੋਈ ਹੁੰਦੀ ਨਹੀਂ। ਇਹ ਜਿਹੜੇ ਨੇ ਸਾਡੇ ਇੱਥੋਂ ਦੇ ਜਿਹੜੀ ਹਲਕਾ ਹੈ ਉਸ ਦੇ ਬਹੁਤ ਵੱਡੇ ਜਿਹੜੇ ਹਨ ਇਹ ਮੁੱਦੇ ਹਨ। ਅਤੇ ਬੇਰੁਜ਼ਗਾਰੀ ਵੀ ਇੱਕ ਬਹੁਤ ਵੱਡਾ ਮੁੱਦਾ, ਇਹ ਸਾਰਿਆਂ ਨੂੰ ਹੱਲ ਕਰਨ ਦੀ ਬਹੁਤ ਸਖ਼ਤ ਜ਼ਰੂਰਤ ਹੈ। 5 ਸਾਲ ਮੋਦੀ ਦੀ ਸਰਕਾਰ ਰਹੀ ਲੋਕਤੰਤਰ ਦੀ ਉਹਨਾਂ ਦੀ, ਅਤੇ ਕੀ ਉਹਨਾਂ ਦੇ ਕੰਮ ਤੋਂ ਤੁਸੀਂ ਨੋਟੋ ਕਾਰਗੁਜ਼ਾਰੀ ਤੋਂ? ਦੇਖੋ, ਕੌਮੀ ਜਮਹੂਰੀ ਗਠਜੋੜ ਦੀ ਜਿਹੜੀ ਸਰਕਾਰ ਹੈ ਜਿਹਨੂੰ NDA ਸਰਕਾਰ ਕਹਿੰਦੇ ਆ, ਮੈਂ ਸਮਝਦਾ ਕਿ ਇਹ ਸਭ ਤੋਂ ਨਕੰਮੀ ਸਰਕਾਰ ਸਾਬਤ ਹੋਈ ਹੈ। ਅਜਿਹੀ ਨਕੰਮੀ ਸਰਕਾਰ ਸਾਬਤ ਹੋਈ ਹੈ ਕਿ ਇਹ ਜਿਹੜਾ ਨਕੰਮਾਪਣ ਹੈ ਇਹਨਾਂ ਦੇ ਚਿਹਰੇ ਤੋਂ ਸਾਫ਼ ਝਲਕਦਾ ਅਤੇ ਸਾਫ਼ ਪਤਾ ਲੱਗਦਾ ਨਕੰਮਾਪਣ। ਇਹ ਸਰਕਾਰ ਦੇ ਵੇਲੇ ਨੋਟਬੰਦੀ ਹੋਈ ਜਿਹਨੇ ਹਿੰਦੁਸਤਾਨ ਦੀ ਆਰਥਿਕਤਾ ਨੂੰ ਤਬਾਹ ਕਰਤਾ, ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਤਾ, ਉਹਨਾਂ ਨੇ ਮਜ਼ਦੂਰ ਦੀ ਆਰਥਿਕਤਾ ਨੂੰ ਤਬਾਹ ਕਰਤਾ, ਉਹਨਾਂ ਨੇ ਵਪਾਰੀ ਵਰਗ ਨੂੰ ਤਬਾਹ ਕਰਤਾ, ਉਹਨਾਂ ਨੇ ਮੁਲਾਜ਼ਮ ਵਰਗ ਨੂੰ ਤਬਾਹ ਕਰਤਾ, ਉਹਨਾਂ ਨੇ ਵਿਦਿਆਰਥੀ ਵਰਗ ਨੂੰ ਤਬਾਹ ਕਰਤਾ, ਉਹਨਾਂ ਨੇ ਜਿਹੜੇ ਪੇਸ਼ਾਵਰ ਲੋਕ ਸੀ ਜੇ ਪ੍ਰੋਫੈਸ਼ਨਲ ਲੋਕ ਸੀ ਉਹਨਾਂ ਦੀ ਆਰਥਿਕਤਾ ਨੂੰ ਤਬਾਹ ਕਰਤਾ, ਉਹਨਾਂ ਨੇ ਸਾਰੇ ਵਿਕਾਸ ਦੇ ਕੰਮ ਰੋਕਤੇ, ਉਹਨਾਂ ਨੇ ਨੌਕਰੀਆਂ ਜਿਹੜੀਆਂ ਰੋਕਤੀਆਂ ਅਤੇ ਰੁਜ਼ਗਾਰ ਦੇ ਸਾਧਨ ਸੀਮਿਤ ਕਰਤੇ ਕਿਉਂਕਿ ਆਮ ਆਦਮੀ ਕੋਲ ਪੈਸੇ ਨਹੀਂ ਰਹੇ। ਉਸ ਤੋਂ ਬਾਅਦ ਉਹ ਕਿਸੇ ਨੂੰ ਤਨਖਾਹ ਦੇਣ ਦੀ ਜਿਹੜੀ ਹੈਗਾ ਉਹ ਨਹੀਂ ਰੱਖਦਾ ਸੀ ਹਸੀਅਤ, ਇਸ ਦੇ ਲਈ ਆਪਣੇ ਮੁਲਾਜ਼ਮਾਂ ਨੂੰ ਪਾਸੇ ਕਰਨਾ ਪਿਆ। ਹਰੇਕ ਛੋਟੀ ਵੱਡੀ ਦਸਤਕਾਰੀ ਇੰਡਸਟਰੀ ਦੇ ਵਿੱਚੋਂ ਮੁਲਾਜ਼ਮਾਂ ਦੀ ਛਾਂਟੀ ਹੋ ਗਈ ਅਤੇ ਜਿੰਨੇ ਰੁਜ਼ਗਾਰ ਦੇ ਮੌਕੇ ਸੀ ਉਸ ਦੇ ਵਿੱਚੋਂ 30% ਰੁਜ਼ਗਾਰ ਦੇ ਮੌਕੇ ਨਹੀਂ ਰਹੇ। ਇਹ ਨੌਜਵਾਨਾਂ 'ਤੇ ਅਤਿਆਚਾਰ ਸੀ, ਆਰਥਿਕ ਅਤਿਆਚਾਰ ਸੀ, ਇਹ ਸਮਾਜਿਕ ਅਤਿਆਚਾਰ ਸੀ, ਇਹ ਪਰਿਵਾਰਾਂ 'ਤੇ ਅਤਿਆਚਾਰ ਸੀ। ਇਹ ਆਰਥਿਕਤਾ ਦੇ ਨਾਲ ਸੱਟ ਮਾਰ ਕੇ ਮੋਦੀ ਨੇ ਨੋਟਬੰਦੀ ਕਰਕੇ ਫਿਰ ਉਸ ਤੋਂ ਬਾਅਦ ਇਸ ਢੰਗ ਦੇ ਨਾਲ GST ਲਾ ਕੇ ਇਹਨਾਂ ਨੂੰ ਜਿਹੜਾ ਹੈ ਗੁੱਡਜ਼ ਸੇਲ ਟੈਕਸ ਜਿਹੜਾ ਲਾ ਕੇ ਇਹ GST ਇਹ ਸਾਰੀ ਆਰਥਿਕਤਾ ਨੂੰ ਬਰਬਾਦ ਕੀਤਾ। ਸੋ ਮੋਦੀ ਸਰਕਾਰ ਦਾ ਜਿਹੜਾ ਸਮਾਂ ਹੈ ਉਹ ਜਾਣਿਆ ਜਾਊ ਇਸ ਗੱਲ ਦੇ ਲਈ ਕਿ ਉਹ ਆਰਥਿਕਤਾ ਨੂੰ ਤਬਾਹ ਕਰਨ ਵਾਲੇ, ਦੇਸ਼ ਨੂੰ ਤਬਾਹ ਕਰਨ ਵਾਲੇ, ਦੇਸ਼ ਦੇ ਸਮਾਜ ਢਾਂਚੇ ਨੂੰ ਬਰਬਾਦ ਕਰਨ ਵਾਲੇ ਨੇ। ਔਰ ਇੱਕ ਕੰਮ ਦੱਸੇ ਮੋਦੀ ਵੀ ਜਿਹੜਾ ਉਸਨੇ ਕੀਤਾ ਹੋਵੇ, ਕੋਈ ਲੋਕ ਭਲਾਈ ਲਈ ਕੀਤਾ ਹੋਵੇ, ਕੋਈ ਜਨਤਾ ਲਈ ਕੀਤਾ ਹੋਵੇ। ਸੋ ਸਭ ਤੋਂ ਨਕੰਮੀ ਸਰਕਾਰ ਇਹ ਕੇਂਦਰ ਦੀ ਸਾਬਤ ਹੋਈ ਹੈ। ਕੀ ਪੰਜਾਬ ਨੂੰ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਪੂਰਾ ਪੂਰਾ ਹੱਕ ਦਿੱਤਾ ਗਾ ਜੀ? ਪੰਜਾਬ ਦੇ ਵਿੱਚ ਉਹਨਾਂ ਦੀ ਪਿੱਠੂ ਸਰਕਾਰ ਰਹੀ ਹੈ ਜਿਹਦੇ ਵਿੱਚ ਉਹ ਆਪ ਵੀ ਭਾਈਵਾਲ ਰਹੇ ਹੈ। ਪ੍ਰਕਾਸ਼ ਬਾਦਲ ਦੀ ਅਗਵਾਈ ਦੇ ਵਿੱਚ ਅਤੇ ਸੁਖਬੀਰ ਬਾਦਲ ਦੀ ਡਿਪਟੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ SAD BJP ਸਰਕਾਰ ਰਹੀ ਹੈ, ਜਿਨ੍ਹਾਂ ਨੇ ਕਦੇ ਪੰਜਾਬ ਦੇ ਹਿੱਤਾਂ ਲਈ ਮੂੰਹ ਨਹੀਂ ਖੋਲ੍ਹਿਆ। ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਕਹਾਉਂਦੇ ਆ, ਅਸਲ ਵਿੱਚ ਇਹ ਬਾਦਲ ਦਲ ਹੈ। ਇਸ ਨੇ ਪੰਜਾਬ ਦੇ ਹਿੱਤਾਂ ਨਾਲ ਹਮੇਸ਼ਾ ਗਦਾਰੀ ਕੀਤੀ ਹੈ ਅਤੇ ਮੋਦੀ ਨੇ ਹਮੇਸ਼ਾ ਪੰਜਾਬ ਨੂੰ ਨਫ਼ਰਤ ਕੀਤੀ ਹੈ। ਪੰਜਾਬ ਦੇ ਵਿੱਚ ਕਿਸੇ ਵਿਸ਼ੇ 'ਤੇ ਵੀ ਪੰਜਾਬ ਨਾਲ ਨਿਆਂ ਨਹੀਂ ਕੀਤਾ ਗਿਆ। ਉਹ ਕਰਜ਼ੇ ਦੀ ਪੰਡ ਜਿਹੜੀ ਪੰਜਾਬ ਦੇ ਸਿਰ ਪਹਿਲਾਂ ਕਾਂਗਰਸ ਸਰਕਾਰ ਨੇ ਬੰਨ੍ਹੀ ਸੀ, ਇਹ ਮੋਦੀ ਸਰਕਾਰ ਨੇ ਉਹ ਕਰਜ਼ੇ ਦੀ ਪੰਡ ਨੂੰ ਹੋਰ ਜਿਹੜਾ ਹੈ ਭਾਰੀ ਕੀਤਾ। ਉਹ ਇੰਨਾ ਵੱਡਾ ਕਰਜ਼ਾ ਦੇਤਾ ਜਿਹੜਾ ਲਾਹੇ ਹੀ ਨਹੀਂ ਜਾ ਸਕਦਾ ਰਹਿੰਦੀ ਦੁਨੀਆ ਤੱਕ। ਐਸੀ ਬੇਇਨਸਾਫੀ ਹੋਈ ਹੈ ਪੰਜਾਬ ਦੇ ਨਾਲ ਕਿ IAS ਕੈਡਰ 'ਚ, IPS ਕੈਡਰ 'ਚ, ਹੋਰ ਸਾਰੇ ਕੈਡਰ ਦੇ ਵਿੱਚ ਇੱਥੋਂ ਦੇ ਅਫਸਰ ਨਹੀਂ ਲਿੱਤੇ ਗਏ, ਜੁਡੀਸ਼ਰੀ ਦੇ ਵਿੱਚ ਨਹੀਂ ਲਿੱਤੇ ਗਏ, ਅਤੇ ਜਿਹੜੀ ਇਹ ਸੈਂਟਰ ਦੀ ਜਿਹੜੀ ਹੈਗੀ ਹੈ ਬਿਊਰੋਕਰੇਸੀ ਉਸ ਦੇ ਵਿੱਚ ਨਹੀਂ ਲਿੱਤੇ ਗਏ। ਹਰੇਕ ਥਾਂ ਤੋਂ ਪੰਜਾਬ ਨੂੰ ਲਾਂਭੇ ਕਰਤਾ ਅਤੇ ਪੰਜਾਬ ਦੇ ਹਿੱਤਾਂ ਦੇ ਨਾਲ ਬੜਾ ਵੱਡਾ ਖਿਲਵਾੜ ਕਰਿਆ ਅਤੇ ਪੰਜਾਬ ਨੂੰ ਜਿਹੜਾ ਹੈ ਤਬਾਹ ਕਰਨ ਦੇ ਵਿੱਚ ਮੋਦੀ ਦਾ ਬਹੁਤ ਵੱਡਾ ਯੋਗਦਾਨ ਹੈ। ਅਤੇ ਇਨਸਾਫ਼ ਉਹਨਾਂ ਨੇ ਕੀ ਕਰਨਾ ਸੀ, ਉਹ ਆਪਦੇ ਹਲਕਿਆਂ 'ਤੇ ਪੈਸੇ ਲਾਉਂਦੇ ਰਹੇ ਅਤੇ ਪੰਜਾਬ ਦੇ ਨਾਲ ਮਤਰੇਈ ਮਾਂ ਤੋਂ ਵੀ ਭੈੜਾ ਸਲੂਕ ਕੀਤਾ। ਦੇਸ਼ ਦੀਆਂ ਅੱਜ ਮੁੱਖ ਸਮੱਸਿਆਵਾਂ ਕੀ ਹਨ ਜੀ? ਅਗਲੀ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨੇ ਚਾਹੀਦੀਆਂ ਨੇ।
देखो देश की जिहड़ी सब तो वड्डी मुख्य समस्या वो आर्थिकता है। जे आर्थिकता नहीं होगी तो जिहड़ा देश वह उन्नति वल हो ही नहीं सकता। नोटबंदी के नाल आर्थिकता नूं तबाह कीता है। वह नोटबंदी तो बाद जिहड़ी आर्थिकता तबाह हुई है उहदी मुड़ उसारी की बड़ी वड्डी जरूरत है। अज देश की सब तो वड्डी लोड़ उस आर्थिकता नूं मुड़ लीहां ते लिआउंदी है। अज फिर देश की जिहड़ी दूसरी है वह देश के व्यापार नूं जिहड़ा है चढ़दी कला वल लैके जाण दी बड़ी वड्डी जरूरत है। जिहड़े विदेशी माल खोले जा रहे ने, जिहड़े मोर खोले जा रहे ने, वह आम व्यापार नूं खत्म कर रहे ने, वह देश दे लई इक बड़ी वड्डी चुनौती है। तीसरा जिहड़ियां रियायतां दित्तियां गईयां शड्यूल कास्ट जां बैकवर्ड क्लास दे विद्यार्थियों वह फीस माफ दियां विद्या दियां तां जो विद्या खेत्र विच विद्या प्राप्त कर सकन, उहनां ते वड्डा छापा मारिया गया है, वह दित्तियां नहीं जा रही। उस दे बहाने जिहड़ी शड्यूल कास्ट ते बैकवर्ड फंड आउंदा है उहनूं होर कम्मां लई वरतों दे विच लिआंदा जा रहा है। वह देश दे लई इक बड़ी वड्डी चुनौती है कि हरेक वर्ग नूं विद्यक खेत्र दे विच उस दे विच प्रवेश करन दा हक होवे ते अपनी लियाकत मुताबिक पढ़ाई करन दा हक होवे। सेहत इक बहुत वड्डी समस्या है ते जिन्हें इत्थे सिविल हस्पताल ने उहनां विच मशीनां नहीं हन, उन्हां नूं कहा जांदा कि बाहरों टेस्ट करा के लियाओ। एक गरीब आदमी जिस लई सिविल हॉस्पिटल बनया होया है, PGI बनी हुई है जां जिहड़े होर इह जिहे अदारे बने हुए है, उस नूं कोई सहूलत नहीं। जिहड़ी सरकार अपने देशवासियां दी सेहत नूं नहीं संभाल सकदी उह सेहत दे नाल खिलवाड़ कर रही है। मैं समझदा कि उस नालों निकम्मी सरकार होर कोई नहीं हो सकदी। कोई परची नहीं होनी चाहीदी किसी सिविल हॉस्पिटल च, दवाइयां मुफ्त होनियां चाहीदियां। जदों उस दी जिहड़ी है बीमारी लभ लई गई डॉक्टर ने लिखती वह मुफ्त दवाइयां होनियां चाहीदियां। जिहड़ियां बीमा योजनावां इन्हां ने बनाईयां सेहत बीमा योजनावां वह वड्डा फराड ने, वह पैसे मिल नहीं रहे। घर बार वेच के भी पैसे ला के कोई अपना इलाज नहीं करा सकता। सो अजिही हालत दे विच इक बहुत वड्डी समस्या है ते देश नूं दरपेश समस्या है कि सेहत दा इलाज किया जाए। इस तों इलावा सड़कां दी जिहड़ी हैगी है वह भी जिहड़ी है बहुत वड्डी समस्या है कि सड़कां नूं जिहड़ा है वह सही रुतबा दिता जाए, सही तौर पर होवे। टोल टैक्स लाउण दे बावजूद भी जिहड़ियां ने वह सही सड़कां नहीं मिल रहियां। इस तो इलावा देश दे विच जिहड़ी हैगी है वह बेरोजगारी एक बहुत वड्डी समस्या है। बेरोजगारी की समस्या तां ही हल हो सकती है जे देश की आर्थिकता मजबूत होगी। जे नोटबंदियां हुंदियां रहियां ते नोटबंदी दे जिहड़े आ उह सिट्टियां नूं जिहड़ा है ना ठीक कीता गया तां देश दे विच बेरोजगारी कदे दूर नहीं हो सकती। बेरोजगारी नूं दूर करन लई आर्थिक शास्त्र नूं जिहड़ा है अर्थशास्त्र नूं चंगी तरह समझना पवेगा अते अर्थशास्त्र ते चंगी तरह अमल करना पवेगा। यह भी देश की जिहड़ी बड़ी वड्डी समस्या। हल्के दे वोटरां नूं की संदेश चाहुणा जी चाहोगे खालसा जी? देखो हल्के दे वोटरां नूं मैं यह संदेश देना चाहूँगा कि सिर्फ जज्बातों के विच आके सिर्फ भावनावां नाल जिहड़ियां कि भावनावां जाली तौर पर पैदा कीतियां गईयां होण, जिहड़े जज्बात जिहड़े आ जाली तौर पर पैदा कीते गए होण, जां सिर्फ चुटकलियां नूं सुण के, जां सिर्फ गाने सुण के, जां सिर्फ ऊँ दे अजले नूं देख के ते उत्थे 5-10 मिनट टपाउण दा इरादा रख के उहनूं सुण के वोट नहीं पाउणी चाहीदी। तुहानूं वोटां नूं वोट पाउण दे लई तुहानूं आर्थिक समाजिक सियासी अते उस दे नाल नाल जिहड़ा है जिहड़ा वातावरण दा सारा जिहड़ा तुहानूं देखणा चाहीदा उस नूं देख के जिहड़ा आर्थिक समस्या नूं हल कर सकदा, समाजिक समस्या नूं हल कर सकदा, जिहड़ी इह दूजियां समस्यावां नूं हल कर सकदा, गहराई दे विच जा के तर्क दे आधार ते वोट देनी चाहीदी है। खालसा जी 1999 दे विच बाबा जगिंदर सिंह दी अगवाई विच तुसीं चोण लड़ी जी बाद चोण निशान ते, उदों बहुत वड्डा तुहानूं फतवा दित्ता सी लोकां ने बहुत वधिया वड्डी लीड ते तुसीं जिते, उदों दी राजनीति ते हुण दी राजनीति च की फर्क अंतर समझदे नहीं तुसीं? देखो बाबा जोगिंदर सिंह इक रब्बी बंदे सी, उहनां नूं कलगीधर पातशाह ने अपने हत्थां नाल बरसाया सी। मैं अज तक बाबा जोगिंदर सिंह की शख्सियत का कोई भी सिख लीडर इस दुनिया से चलता होया नहीं देखिया। वो उस आवाज़ नूं मनदे सी जिहड़ी रब्बी आवाज़ हुंदी सी, वो कम करदे सी जिहड़ा कलगीधर पातशाह ने हुक्म दिता सी। बाबा जोगिंदर सिंह इक इंसान नहीं सन, बाबा जोगिंदर सिंह इक देवते सन। वो बाण दे मंजिआं ते बह के सियासत करदे सन। जदों मैनूं MP दा टिकट मिलिया उन्होंने बाण दे मंजे ते बैठ के दिता सी। वो हथ ते थाली चक के रोटी खांदे सन, उन्होंने मिलन लई चिट भेजन की लोड़ नहीं हुंदी सी। वो किसी AC कमरे विच नहीं बैठे हुंदे सी, वो बाण दे मंजिआं ते
ਰੜੇ ਮੈਦਾਨ ਵਿੱਚ ਬੈਠੇ ਹੁੰਦੇ ਸੀ, ਕਿਸੇ ਦਰਖਤ ਥੱਲੇ ਬੈਠੇ ਹੁੰਦੇ ਸੀ। ਹਰ ਆਦਮੀ ਉਹ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ, ਉਹ ਕੋਈ ਵੀ ਹੋਵੇ, ਉਹਨਾਂ ਨੂੰ ਕਿਸੇ ਵੇਲੇ ਵੀ ਜਾ ਕੇ ਮਿਲ ਸਕਦਾ ਸੀ। ਉਸ ਦੀ ਕੋਈ ਅੜਚਨ ਨਹੀਂ ਸੀ, ਉਹ ਹਰੇਕ ਦੇ ਦੁੱਖ ਦਰਦ ਨੂੰ ਸੁਣਦੇ ਸੀ। ਉਹ ਸਿਰਫ ਉਸ ਵਿਅਕਤੀ ਨੂੰ ਟਿਕਟ ਦਿੰਦੇ ਸੀ ਜਿਹੜਾ ਉਹਨਾਂ ਨੂੰ ਸੱਚਾ ਸੁੱਚਾ ਅਤੇ ਸਹੀ ਜਾਪਦਾ ਸੀ। ਉਹ ਗੁਰਸਿੱਖੀ ਦਾ ਖਿਆਲ ਰੱਖਦੇ ਸੀ, ਉਹ ਕਲਗੀਧਰ ਪਾਤਸ਼ਾਹ ਦੀ ਹਰ ਮਰਿਆਦਾ ਦਾ ਖਿਆਲ ਰੱਖਦੇ ਸੀ। ਸੋ ਅੱਜ ਦੇ ਜਿਹੜੇ ਸਿਆਸਤਦਾਨ ਨੇ ਉਹ ਬਾਬਾ ਜੋਗਿੰਦਰ ਸਿੰਘ ਦੇ ਚਰਨਾਂ ਵਰਗੇ ਨਹੀਂ, ਉਹਨਾਂ ਦੇ ਪੈਰਾਂ ਵਰਗੇ ਨਹੀਂ। ਆਹ ਦਾ ਨਾਰਾ ਮਾਰਦੇ ਹੈ ਕਿ ਰੱਬਾ ਫਿਰ ਕਿਸੇ ਬਾਬਾ ਜੋਗਿੰਦਰ ਸਿੰਘ ਨੂੰ ਇਸ ਦੁਨੀਆ 'ਤੇ ਭੇਜ। ਇਹ ਖਾਲਸਾ ਜੀ, ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਗੁਟਕਾ ਹੱਥ 'ਚ ਫੜ ਕੇ ਵੀ ਅੱਜ ਤੋਂ ਸੂਬੇ ਅੰਦਰ ਕੋਈ ਵੀ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ, ਪਰ ਖੁਦਕੁਸ਼ੀਆਂ ਦਾ ਸਿਲਸਿਲਾ ਉਸੇ ਤਰ੍ਹਾਂ ਹੀ ਚੱਲ ਰਿਹਾ, ਇਹਦੇ ਬਾਰੇ ਕਹਿਣਾ ਚਾਹੁੰਦੀ ਜੀ। ਦੇਖੋ, ਕੈਪਟਨ ਅਮਰਿੰਦਰ ਸਿੰਘ ਇੱਕ ਮਹਾਰਤ ਦੇ ਵਿੱਚ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਵਿੱਚ ਇੱਕ ਬੜੀ ਵੱਡੀ ਸ਼ਖਸੀਅਤ ਹੈ। ਭਾਵੇਂ ਕੋਈ ਵਿਰੋਧੀ ਹੋਵੇ, ਹਮਾਇਤੀ ਹੋਵੇ, ਮੰਨਣਾ ਪਵੇਗਾ। ਅੱਜ ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਤਰਕ ਦੇ ਆਧਾਰ 'ਤੇ ਵੋਟਾਂ ਨਹੀਂ ਪੈਂਦੀਆਂ, ਡਰਾਮੇਬਾਜ਼ੀ ਨਾਲ ਵੋਟਾਂ ਪੈਂਦੀਆਂ ਨੇ। ਉਸ ਸਮੇਂ ਖੁਦਕੁਸ਼ੀਆਂ ਬਹੁਤ ਹੋ ਰਹੀਆਂ ਸੀ, ਅੱਜ ਵੀ ਹੋ ਰਹੀਆਂ ਨੇ, ਉਸੇ ਪੱਧਰ 'ਤੇ ਹੋ ਰਹੀਆਂ ਨੇ। ਕੈਪਟਨ ਅਮਰਿੰਦਰ ਸਿੰਘ ਨੇ ਉਸ ਦੇ ਵਿੱਚ ਗੁਟਕਾ ਸਾਹਿਬ ਨੂੰ ਵਿੱਚ ਲਿਆਂਦਾ, ਧਰਮ ਨੂੰ ਵਿੱਚ ਲਿਆਂਦਾ। ਉਸ ਨੇ ਆਪਣੇ ਜੋੜੇ ਲਾ ਕੇ ਅਤੇ ਪਾਣੀ ਨਾਲ ਹੱਥ ਧੋ ਕੇ ਅਤੇ ਪੈਰ ਧੋ ਕੇ ਅਤੇ ਉੱਥੇ ਗੁਟਕਾ ਸਾਹਿਬ ਦੀ ਸਹੁੰ ਚੱਕ ਲਈ ਕਿ ਮੈਂ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਦੂਰ ਕਰ ਦੂੰਗਾ ਅਤੇ ਨਸ਼ਿਆਂ ਨੂੰ ਦੂਰ ਕਰ ਦੂੰਗਾ ਅਤੇ ਨਾਲ ਦੀ ਨਾਲ ਇਹ ਕਿਹਾ ਕਿ ਮੈਂ ਪੰਜਾਬ ਦੇ ਵਿੱਚ ਕਿਸੇ ਕਿਸਾਨ ਨੂੰ ਖੁਦਕੁਸ਼ੀ ਕਰਨ ਨਹੀਂ ਦਿੰਦਾ। ਉਹ ਕੋਈ ਦਿਲੋਂ ਚੱਕੀ ਹੋਈ ਸਹੁੰ ਨਹੀਂ ਸੀ, ਉਹ ਰੂਹ 'ਤੇ ਰਵਾ ਦੀ ਸਹੁੰ ਨਹੀਂ ਸੀ, ਉਹ ਇੱਕ ਡਰਾਮੇਬਾਜ਼ੀ ਸੀ ਜਿਸ ਨੇ ਆਪਣਾ ਅਸਰ ਦਿਖਾਇਆ। ਉਹ ਡਰਾਮੇਬਾਜ਼ੀ ਦਾ ਅਸਰ ਹੋਇਆ ਅਤੇ ਲੋਕ ਉਸ ਡਰਾਮੇਬਾਜ਼ੀ ਵਿੱਚ ਆ ਗਏ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪਿੱਛੇ ਲੱਗ ਕੇ ਵੋਟਾਂ ਪਾਈਆਂ। ਉਹ ਮਹਿਜ ਇੱਕ ਮੌਕਾ ਪ੍ਰਸਤੀ ਸੀ, ਮੌਕੇ ਦਾ ਡਰਾਮਾ ਸੀ, ਉਹ ਮੌਕੇ ਦੀ ਸਿਆਸਤ ਸੀ ਅਤੇ ਉਸ ਦੇ ਪਿੱਛੇ ਕੋਈ ਧਾਰਮਿਕ ਭਾਵਨਾ ਨਹੀਂ ਸੀ। ਅਤੇ ਮੈਂ ਇਸ ਗੱਲ ਨੂੰ ਜਿਹੜਾ ਹੈ ਉਸ ਦੀ ਨਿਖੇਧੀ ਕਰਦਾ ਕਿ ਧਰਮ ਨੂੰ ਧੋਖਾ ਦੇਣ ਲਈ ਵਰਤਿਆ ਜਾਂਦਾ। ਸਰਦਾਰ ਖਾਲਸਾ ਜੀ ਦਾ ਕਹਿਣਾ ਹੈ ਅੱਜ ਦੀਆਂ ਸਮੇਂ ਦੀਆਂ ਸਰਕਾਰਾਂ ਨੇ ਵਾਅਦੇ ਕਰਕੇ ਲੋਕਾਂ ਨਾਲ ਉਹ ਮੁੱਕਰੀਆਂ ਨੇ। ਸਰਦਾਰ ਖਾਲਸਾ ਜੀ ਦਾ ਕਹਿਣਾ ਜੇ ਲੋਕਾਂ ਨੇ ਇਸ ਵਾਰ ਉਹਨਾਂ ਨੂੰ ਫਤਵਾ ਦਿੱਤਾ ਤਾਂ ਉਹ ਪਾਰਲੀਮੈਂਟ ਵਿੱਚ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਗੇ। ਧਰਮਪਾਲ ਸਿੰਘ, ਅਜੀਤ ਵੈੱਬ ਟੀ ਵੀ, ਬਰਨਾਲਾ।